ਐਤੋਚਲ ਲਾਇਨਸ ਕਲੱਬ ਗੰਗਸਰ ਦੀ 25ਵੀਂ ਸਿਲਵਰ ਜੁਬਲੀ ਨੂੰ ਸਮਰਪਿਤ ਲਾਇਨਸ ਆਈ ਕੇਅਰ ਸੈਂਟਰ ਵਿਖੇ ਨਵੇਂ ਸਥਾਪਿਤ ਮਾਡਲਰ ਆਪਰੇਸ਼ਨ ਥੀਏਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਅਤੇ ਵਿਧਾਇਕ ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਦੇ ਬਣਨ ਨਾਲ ਨਾ ਸਿਰਫ ਜ਼ਿਲ੍ਹੇ ਦੇ ਵਸਨੀਕਾਂ ਨੂੰ ਅੱਖਾਂ ਸੰਬੰਧੀ ਅਤੇ ਆਧੁਨਿਕ ਇਲਾਜ ਦੀ ਸਹੂਲਤ ਮਿਲੇਗੀ ਬਲਕਿ ਇਸ ਦੇ ਨਾਲ ਹੀ ਮਾਲਵੇ ਖੇਤਰ ਦੇ ਲੋਕ ਵੀ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਤੇ ਅੱਖਾਂ ਦਾ ਆਪਰੇਸ਼ਨ ਕਰਨ ਵਾਸਤੇ ਇਹਨਾਂ ਨੇ ਅੱਖਾਂ ਦਾ ਇੱਕ ਆਪਰੇਸ਼ਨ ਥੀਏਟਰ ਨਵੀਂ ਟੈਕਨੀਕ ਦੇ ਨਾਲ ਖੋਲ੍ਹਿਆ। ਉਹਦੇ ਵਾਸਤੇ ਜਿੱਥੇ ਮੈਂ ਜਨਤਾ ਨੂੰ ਵਧਾਈ ਦਿੰਦਾ ਕਿ ਉਹਨਾਂ ਵਾਸਤੇ ਇੱਕ ਬਹੁਤ ਹੀ ਅੱਛੀ ਸੇਵਾ ਉਹਨਾਂ ਦੀ ਹੋਊਗੀ, ਖਾਸ ਤੌਰ 'ਤੇ ਨਜ਼ਰਾਂ ਦੀ, ਉੱਥੇ ਮੈਂ ਲਾਇਨਸ ਕਲੱਬ ਨੂੰ ਵਧਾਈ ਦਿੰਦਾ ਵੀ ਇਹ ਇੱਕ ਬਹੁਤ ਅੱਛਾ ਉਪਰਾਲਾ ਹੈ ਜਿਹਨਾਂ ਲੋਕਾਂ ਨੇ ਦੁਨੀਆ ਨਹੀਂ ਦੇਖੀ, ਦੁਨੀਆ ਵਿੱਚ ਆ ਕੇ ਵੀ ਜਾਂ ਉਸ ਤੋਂ ਮਗਰੋਂ ਉਹਨਾਂ ਦੀਆਂ ਨਜ਼ਰ ਚੜੀ ਜਾਂਦੀਆਂ ਨੇ। ਉਹਦੇ ਵਾਸਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਲਾਇਨਸ ਕਲੱਬ ਨੇ। ਲਾਇਨਸ ਕਲੱਬ ਦੇ ਚੇਅਰਮੈਨ ਸਾਹਿਬ, ਪ੍ਰਧਾਨ ਜੀ, ਮੈਂਬਰਾਂ, ਸਾਰੇ ਹੀ ਮੈਂਬਰ ਇਸ ਗੱਲ ਦੇ ਵਧਾਈ ਦੇ ਪਾਤਰ ਨੇ। ਬਹੁਤ ਅੱਛਾ ਉਪਰਾਲਾ ਹੈ ਅਤੇ ਪਰਮਾਤਮਾ ਕੀ ਅਰਦਾਸ ਹੈ ਅੱਗੇ ਨੂੰ ਇਹ ਹੋਰ ਕਰਦੇ ਰਹਿਣਗੇ। ਲਾਇਨਸ ਕਲੱਬ ਜੈਤੋ ਨੇ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਮਾਡਰਨ ਟੈਕਨੋਲੋਜੀ ਦਾ ਇੱਕ ਆਪਰੇਸ਼ਨ ਥੀਏਟਰ ਤਿਆਰ ਕੀਤਾ। ਇੱਥੋਂ ਦੇ ਜਿਹੜੇ ਮੈਂਬਰ ਨੇ ਅਤੇ ਸੇਵਾਦਾਰ ਨੇ ਉਹਨਾਂ ਨੇ ਰਲ ਕੇ ਅਤੇ ਲਾਇਨਸ ਇੰਟਰਨੈਸ਼ਨਲ ਨੇ ਰਲ ਕੇ ਇਹ ਬਹੁਤ ਹੀ ਲੇਟੈਸਟ ਟੈਕਨੋਲੋਜੀ ਦਾ ਆਪਰੇਸ਼ਨ ਥੀਏਟਰ ਤਿਆਰ ਕੀਤਾ ਜਿਹਦੇ ਜਿਸ ਗੱਲ ਦੀ ਸੇਵਾ ਮੈਂ ਸਮਝਦਾ ਜਿਹੜਾ ਇਲਾਕਾ ਸਾਰਾ ਜੈਤੋਂ ਦਾ ਉੱਥੋਂ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ, ਖਾਸ ਕਰਕੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਅੱਖਾਂ ਦੀਆਂ ਪ੍ਰੋਬਲਮ ਹੈ। ਸੋ ਅੱਖ ਦੀ ਜਿਹੜੀ ਸੇਵਾ ਹੈ ਜਾਂ ਨੇਤਰ ਦੀ ਜਿਹੜੀ ਸੇਵਾ ਹੈ ਉਹ ਬੜੀ ਉੱਤਮ ਸੇਵਾ ਹੈ। ਸੋ ਮੈਂ ਤਾਂ ਅੱਜ ਵਧਾਈ ਦੇਣ ਵਾਸਤੇ ਆਇਆ ਸਾਰੇ ਲਾਇਨਸ ਕਲੱਬ ਦੇ ਮੈਂਬਰਾਂ ਨੂੰ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਅਤੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ, ਇਹ ਆਉਣ ਵਾਲੇ ਸਮੇਂ 'ਚ ਵੀ ਐਂ ਲੋਕਾਂ ਦੀ ਸੇਵਾ ਕਰਦੇ ਰਹਿਣ। ਜੈਤੋ ਤੋਂ ਵਿਪਨ ਗੋਇਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-647, 84374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।